हेलो मेरे प्यारे दोस्तों, आज असी गल करांगे कि तुसीं ट्राइग्लिसराइड्स जां कोलेस्ट्रोल दी ज्यादा परवाह करते हो। केड़ी चीज थोड़े लिए ज्यादा इंपॉर्टेंट है? मेरा नाम डॉक्टर जगजीत सिंह विर्क है। मैं MBBS, FCGP, FAMS, PGDGM। कार्डियोवैस्कुलर सेहत की दुनिया विच, कार्डियोवैस्कुलर का मतलब है साढ़े हार्ट के नाल संबंधित। दो खिडारी अक्सर लाइमलाइट में सांझा करते हैं, एक हुंदा है ट्राइग्लिसराइड्स ते दूजा है कोलेस्ट्रोल। पर की तुसी जानते हो कि केड़ा थोड़े ध्यान का ज्यादा हकदार है? ये रहस्य नूं खोलण अते ये फैसला करन दा समां है कि थोड़िया सेहत प्रति चेतन कोशिशां, कॉन्शियस एफर्ट्स ਨੂੰ ਕਿੱਥੇ ਨਿਰਦੇਸ਼ਿਤ ਕਰਨਾ ਹੈ। ਇਸ ਪੋਸਟ ਵਿੱਚ ਅਸੀਂ ਟ੍ਰਾਈਗਲਿਸਰਾਈਡਸ ਅਤੇ ਕੋਲੇਸਟ੍ਰੋਲ ਦੀ ਤੁਲਨਾ ਕਰਾਂਗੇ, ਉਹਨਾਂ ਦੀਆਂ ਭੂਮਿਕਾਵਾਂ, ਪ੍ਰਭਾਵ ਅਤੇ ਕਿਹੜਾ ਸੱਚਮੁੱਚ ਸਪੌਟਲਾਈਟ ਦਾ ਹੱਕਦਾਰ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਆਪਾਂ ਦੇਖਦੇ ਹਾਂ ਕਿ ਟ੍ਰਾਈਗਲਿਸਰਾਈਡਸ ਕੀ ਹੁੰਦੇ ਹੈਗੇ ਆ। ਟ੍ਰਾਈਗਲਿਸਰਾਈਡ ਇੱਕ ਤਰ੍ਹਾਂ ਦੀ ਲਿਪਿਡ ਹੈ ਜਿਹਨੂੰ ਫੈਟ ਕਹਿੰਦੇ ਆ। ਇਹ ਸਾਡੇ ਦੇਰ ਤੱਕ ਯੂਜ਼ ਹੋਣ ਵਾਲੀ એનર્ਜੀ ਜਿਹੜੀ ਹੁੰਦੀ ਆ ਸਟੋਰ ਕੀਤੀ, ਅਸੀਂ ਜਿਸ ਤਰ੍ਹਾਂ ਫੈਟ ਹੈਗੀ ਆ ਬੋਡੀ ਦੇ ਵਿੱਚ, ਉਹ ਉਹਦੇ ਅੰਸ਼ ਹੁੰਦੇ ਆ। ਇਹ ਗਲਿਸਰੋਲ ਇਹਦੇ ਦੇ ਵਿੱਚ ਬੈਕਬੋਨ ਹੁੰਦੀ ਆ, ਔਰ ਇਸ ਗਲਿਸਰੋਲ ਦੇ ਨਾਲ ਜਿਸ ਤਰ੍ਹਾਂ ਆ ਫੋਟੋ ਦੇ ਵਿੱਚ ਦਰਸਾਇਆ ਗਿਆ ਕਿ ਇੱਕ ਗਲਿਸਰੋਲ ਹੈ, ਉਹਦੇ ਨਾਲ ਤਿੰਨ ਟ੍ਰਾਈਗਲਿਸਰਾਈਡਸ ਲੱਗੇ ਹੋ। ਇਹ ਸੈਚੂਰੇਟਡ ਵੀ ਹੋ ਸਕਦੀ ਆ ਔਰ ਅਨਸੈਚੂਰੇਟਡ ਵੀ ਹੋ ਸਕਦੀ ਆ। ਸੈਚੂਰੇਟਡ ਦੇ ਵਿੱਚ ਕੀ ਫਰਕ ਹੈਗਾ ਕਿ ਇਹ ਜਿਹੜੇ ਕਾਰਬਨ ਬੌਂਡਸ ਹੈਗੇ ਆ, ਇਹ ਮਤਲਬ ਸਿੰਗਲ ਬੌਂਡ ਹੈਗੇ ਆ, ਇਹਦੇ ਵਿੱਚ ਕੋਈ ਡਬਲ ਬੌਂਡ ਨਹੀਂ ਹੈ। ਇਹ ਸਾਰੇ ਇਹਨੂੰ ਸੈਚੂਰੇਟਡ ਹੈ, ਇਹਦੇ ਵਿੱਚ ਮਤਲਬ ਇਹ ਆ ਕਿ ਕੋਈ ਵੀ ਐਕਸਟਰਾ ਹਾਈਡਰੋਜਨ ਪਾਉਣ ਦੇ ਲਈ ਹੋਰ ਗੁੰਜਾਇਸ਼ ਨਹੀਂ ਹੁੰਦੀ। ਇਹ ਮੈਕਸਿਮਮ ਨੰਬਰ ਆਫ ਹਾਈਡਰੋਜਨ ਆਲਰੇਡੀ ਫਿਲਡ ਹੁੰਦੇ ਆ, ਔਰ ਇਹਦੇ ਨਾਲ ਇਹ ਸੈਚੂਰੇਟਡ ਹੈਗੇ ਆ। ਇਹਨਾਂ ਦੇ ਵਿੱਚ ਕੋਈ ਅਨਸੈਚੂਰੇਸ਼ਨ ਵਾਲੀ ਗੱਲ ਨਹੀਂ ਹੈ ਕਿ ਕੋਈ ਹਾਈਡਰੋਜਨ ਦਾ ਐਟਮ ਆ ਕੇ ਨਾਲ ਜੁੜ ਜਾਏਗਾ, ਜਦੋਂ ਕਿ ਅਨਸੈਚੂਰੇਟਡ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਡਬਲ ਬੌਂਡ ਹੁੰਦੇ ਹਨ। ਡਬਲ ਬੌਂਡ ਦਾ ਮਤਲਬ ਇਸ ਤਰ੍ਹਾਂ ਹੁੰਦਾ ਆ ਕਿ ਉਹ ਜਿਹੜੇ ਦੋ ਕਾਰਬਨ ਐਟਮ ਹੈਗੇ ਆ ਉਹਨਾਂ ਦੇ ਵਿੱਚ ਹੀ ਡਬਲ ਬੌਂਡ ਬਣ ਜਾਂਦਾ, ਤੇ ਜਿਹੜਾ ਐਕਸਟਰਾ ਹਾਈਡਰੋਜਨ ਦਾ ਐਟਮ ਆ ਉਹਦੀ ਲੋੜ ਨਹੀਂ ਪੈਂਦੀ। ਇਹ ਦੇਖੋ ਤੁਸੀਂ ਆ ਇੱਕ ਇੱਕ, ਕਿਉਂਕਿ ਕਾਰਬਨ ਦੀ ਵੈਲੈਂਸੀ ਚਾਰ ਹੁੰਦੀ ਆ, ਆ ਦੋ ਦੋ ਤਾਂ ਮਤਲਬ ਹਾਈਡਰੋਜਨ ਦੋਨਾਂ ਦੇ ਵਿੱਚ ਲੱਗੇ ਹੋਏ ਹੈਗੇ ਆ, ਔਰ ਇਹਨਾਂ ਦੇ ਜਿਹੜੇ ਸੈਂਟਰ ਵਾਲਾ ਬੌਂਡ ਹੈਗਾ ਆ ਉਹ ਦੋਨੋਂ ਹੀ ਆਪਸ ਵਿੱਚ ਜੁੜ ਗਏ ਹੈਗੇ ਆ। ਆਪਸ ਵਿੱਚ ਇੱਕ ਇੱਕ ਦੀ ਬਜਾਏ ਦੋ ਜੁੜ ਗਏ ਹੈਗੇ ਆ, ਜਿਨ੍ਹਾਂ ਦੇ ਵਿੱਚ ਇੱਕ ਹੁੰਦਾ ਹੈਗਾ ਆ ਉਹਨਾਂ ਦੇ ਵਿੱਚ ਇੱਕ ਹਾਈਡਰੋਜਨ ਦੇ ਐਟਮ ਦੀ ਹੋਰ ਲੋੜ ਪੈਂਦੀ ਹੈਗੀ ਆ ਉਸ ਫੋਰ ਵੈਲੈਂਟ ਬਣਾਉਣ ਦੇ ਵਿੱਚ। ਇਹਦੇ ਵਿੱਚ ਦੋ ਵੈਲੈਂਸੀਆਂ ਜਿਹੜੀਆਂ ਹੈ ਉਹ ਹਾਈਡਰੋਜਨ ਬਣਾਉਂਦੀਆਂ ਆ, ਤੇ ਬਾਕੀ ਦੀਆਂ ਦੋ ਵੈਲੈਂਸੀਆਂ ਜਿਹੜੀਆਂ ਹੈਗੀਆਂ ਆ ਉਹ ਆਪਸ ਵਿੱਚ ਕਾਰਬਨ ਦੋਨੋਂ ਹੀ ਜੁੜ ਕੇ ਬਣਾ ਦਿੰਦੇ ਆ। ਇਸ ਕਰਕੇ ਇਹ ਅਨਸੈਚੂਰੇਟਡ ਹੈਗਾ ਆ, ਕਿਉਂਕਿ ਇਹਦੇ ਵਿੱਚ ਗੁੰਜਾਇਸ਼ ਹੈ ਇੱਕ 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 ਹੋਰ ਹਾਈਡਰੋਜਨ ਐਟਮ ਦੀ ਬਣਨ ਦੀ। ਸੋ ਇਹ ਸੈਚੂਰੇਟਡ ਤੇ ਅਨਸੈਚੂਰੇਟ ਦੇ ਵਿੱਚ ਫਰਕ ਹੈਗਾ ਆ। ਸਰੀਰ ਵਿੱਚ ਚਰਬੀ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹੈ? ਇੱਕ ਤਾਂ ਵਿਸਰਲ ਫੈਟ ਹੈ। ਵਿਸਰਲ ਫੈਟ ਉਹ ਹੈ ਜਿਹੜੀ ਕਿ ਸਾਡੇ ਪੇਟ ਦੇ ਆਰਗਨਸ ਦੇ ਆਲੇ ਦੁਆਲੇ ਜਾਂ ਆਰਗਨਸ ਦੇ ਵਿੱਚ, ਜਿਸ ਤਰ੍ਹਾਂ ਲਿਵਰ ਔਰ ਪੈਂਕਰੀਅਸ ਹੈ ਉਹਨਾਂ ਦੇ ਵਿੱਚ ਵੀ ਹੁੰਦੀ ਹੈਗੀ ਆ। ਮਰਦਾਂ ਵਿੱਚ ਇਹ 10 ਤੋਂ 20% ਹੁੰਦੀ ਹੈਗੀ ਆ, ਔਰ ਔਰਤਾਂ ਵਿੱਚ 5 ਤੋਂ 7% ਹੁੰਦੀ ਹੈਗੀ ਆ। ਭਾਰ ਘਟਾਉਣ ਵਿੱਚ ਇਹ ਸਭ ਤੋਂ ਪਹਿਲਾਂ ਘਟਦੀ ਹੈਗੀ ਆ। ਜਦੋਂ ਭਾਰ ਘਟਦਾ ਆ ਤਾਂ ਪਹਿਲਾਂ ਵਿਸਰਲ ਫੈਟ ਘਟਦੀ ਹੈਗੀ ਆ। ਇਹ ਜਦੋਂ ਸਾਡਾ ਸਟ੍ਰੈਸ ਲੈਵਲ ਜ਼ਿਆਦਾ ਹੁੰਦਾ ਆ ਤੇ ਇਹ ਚਰਬੀ ਜ਼ਿਆਦਾ ਇਕੱਠੀ ਹੁੰਦੀ ਹੈਗੀ ਆ। ਇਹ ਸਾਡੇ ਅੰਗਾਂ ਨੂੰ, ਜਿਸ ਤਰ੍ਹਾਂ ਮੈਂ ਦੱਸਿਆ ਕਿ ਅੰਗਾਂ ਨੂੰ ਘੇਰ ਲੈਂਦੀ ਹੈ, ਔਰ ਸਾਡੇ ਅੰਗਾਂ ਦੇ ਆਲੇ ਦੁਆਲੇ ਜ਼ਿਆਦਾ ਹੁੰਦੀ ਹੈਗੀ ਆ ਪੇਟ ਦੇ ਅੰਗਾਂ। ਮੈਟਾਬੋਲਿਕ ਸਿੰਡਰੋਮ ਦਾ ਇਹ ਇੱਕ ਪ੍ਰੀਕਰਸਰ ਹੋ ਜਾਂਦੀ ਹੈਗੀ ਆ, ਕਿਉਂਕਿ ਜਿਹਦੇ ਵਿੱਚ ਸਰੀਰ ਦੀ ਵਿਸਰਲ ਫੈਟ ਜ਼ਿਆਦਾ ਹੋਏਗੀ
ਉਹਨੂੰ ਮੈਟਾਬੋਲਿਕ ਸਿੰਡਰੋਮ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਹੈਗੇ ਆ। ਇਹ ਵਧੇਰੇ ਇਨਸੁਲਿਨ ਰੋਧਕ ਹੈਗੀ ਆ ਕਿਉਂਕਿ ਇਨਸੁਲਿਨ ਰੈਜ਼ਿਸਟੈਂਸ ਜਿਹੜੀ ਹੈਗੀ ਆ ਉਹ ਇਹਦੇ ਕਰਕੇ ਜ਼ਿਆਦਾ ਹੁੰਦੀ ਹੈਗੀ ਆ। ਇਹਦੇ ਵਿੱਚੋਂ ਕਈ ਤਰ੍ਹਾਂ ਦੇ ਪ੍ਰੋ ਇਨਫਲੇਮੇਟਰੀ ਸਾਈਟੋਕਾਨਸ ਵੀ ਨਿਕਲਦੇ ਹੈਗੇ ਆ ਜਿਹੜੇ ਕਿ ਸਾਡੀ ਬਾਡੀ ਨੂੰ ਇਨਫਲੇਮ ਕਰ ਦਿੰਦੇ ਆ, ਮਤਲਬ ਸੋਜ ਪੈਦਾ ਕਰ ਦਿੰਦੇ ਹੈਗੇ ਆ। ਦੂਜੀ ਤਰ੍ਹਾਂ ਦੀ ਚਰਬੀ ਹੈਗੀ ਆ ਸਬਕੁਟੇਨੀਅਸ ਫੈਟ, ਜਿਹੜੀ ਕਿ ਸਾਡੀ ਸਕਿਨ ਦੇ ਥੱਲੇ ਫੈਟ ਹੁੰਦੀ ਹੈਗੀ ਆ। ਇਹ ਤਕਰੀਬਨ 80% ਕੁੱਲ ਸਰੀਰ ਦੀ ਚਰਬੀ ਦਾ ਹਿੱਸਾ ਹੁੰਦੀ ਹੈਗੀ ਆ, ਔਰ ਇਹ ਬਹੁਤ ਸਟੱਬਬੋਰਨ ਫੈਟ ਹੈਗੀ ਆ। ਇੱਕ ਜ਼ਿਆਦਾ ਕਰਕੇ ਇਹ ਸਾਡੀ ਘਟਦੀ ਨਹੀਂ ਹੈ। ਐਸਟ੍ਰੋਜਨ ਇਸ ਕਿਸਮ ਨੂੰ ਵਧਾਉਂਦਾ ਹੈ, ਲੇਡੀਜ਼ ਦੇ ਵਿੱਚ ਐਸਟ੍ਰੋਜਨ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਉਹ ਇਸ ਫੈਟ ਨੂੰ ਵਧਾ ਦਿੰਦਾ ਹੈਗਾ। ਇਹ ਇੱਕ ਤਰ੍ਹਾਂ ਦੀ ਸੁਰੱਖਿਆ ਕਵਚ ਦੀ ਤਰ੍ਹਾਂ ਪ੍ਰੋਟੈਕਟਿਵ ਭੂਮਿਕਾ ਨਿਭਾ ਸਕਦੀ ਹੈਗੀ ਆ, ਔਰ ਇਹ ਮੈਟਾਬੋਲਿਕਲੀ ਬਹੁਤ ਘੱਟ ਸਰਗਰਮ ਹੁੰਦੀ ਹੈਗੀ ਆ ਇਹ ਬਨਿਸਬਤ ਇਹ ਕਿ ਵਿਸਰਲ ਫੈਟ ਦੀ ਬਜਾਏ। ਵਾਧੂ ਊਰਜਾ ਦੇ ਦਾਖਲੇ ਲਈ ਇਹ ਬਫਰ ਸਿਸਟਮ ਕੰਮ ਕਰਦਾ ਹੈ। ਜਦੋਂ ਸਾਨੂੰ ਊਰਜਾ ਦੀ ਬਹੁਤ ਜ਼ਰੂਰਤ ਹੁੰਦੀ ਆ ਤਾਂ ਉਸ ਵੇਲੇ ਫਿਰ ਇਹ ਬਫਰ ਦਾ ਸਿਸਟਮ ਦਾ, ਕਿਉਂਕਿ ਇਹ ਸਾਡੇ ਲਈ ਰੈਡੀਮੇਡ ਫਿਰ ਊਰਜਾ ਹੁੰਦੀ ਆ, ਫੈਟ ਫਿਰ ਉਸ ਵੇਲੇ ਯੂਜ਼ ਹੁੰਦੀ ਹੈਗੀ ਆ। ਹਾਈ ਟ੍ਰਾਈਗਲਿਸਰਾਈਡਸ ਨਾਲ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹੈਗੀਆਂ? ਜਿਗਰ ਤੇ ਪੈਂਕਰੀਆਸ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਤਕਰੀਬਨ ਇਹਦੇ ਨਾਲ ਜੁੜੀਆਂ ਹੁੰਦੀਆਂ ਹੈਗੀਆਂ ਆ, ਔਰ ਜਿਹੜੀ ਅਕਿਊਟ ਪੈਂਕਰੀਆਟਾਈਟਿਸ ਹੈਗੀ ਆ ਉਹਨੂੰ ਵੀ ਇਹ ਚਾਲੂ ਕਰ ਸਕਦਾ। ਜਦੋਂ ਹਾਈ ਟ੍ਰਾਈਗਲਿਸਰਾਈਡ 500 ਤੋਂ ਵੀ ਜ਼ਿਆਦਾ ਹੋ ਜਾਂਦੇ ਮਿਲੀਗ੍ਰਾਮ ਪਰ ਡੈਸੀਲੀਟਰ ਤਾਂ ਅਕਿਊਟ ਪੈਂਕਰੀਆਟਾਈਟਿਸ ਹੋ ਸਕਦਾ ਹੈਗਾ। ਨੋਨ ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ ਦਾ ਵੀ ਜੋਖਮ ਜਿਹੜਾ ਹੈਗਾ ਆ ਉਹ ਇਹਦੇ ਕਰਕੇ ਵੱਧ ਜਾਂਦਾ ਹੈਗਾ ਆ। ਫਿਰ ਅੱਜ ਕੱਲ੍ਹ ਜਿੰਨੇ ਵੀ ਸਾਡੇ ਲਿਵਰ ਦੇ ਫੈਟੀ ਲਿਵਰ ਅਸੀਂ ਦੇਖਦੇ ਹੈਗੇ ਹਾਂ, ਬੇਸ਼ੱਕ ਉਹ ਸ਼ਰਾਬ ਦਾ ਸੇਵਨ ਨਹੀਂ ਵੀ ਕਰਦੇ, ਉਹਨਾਂ ਦੇ ਵਿੱਚ ਵੀ ਇਹ ਫੈਟੀ ਲਿਵਰ ਹੋ ਜਾਂਦਾ ਆ। ਉਹ ਇਸ ਕਰਕੇ ਟ੍ਰਾਈਗਲਿਸਰਾਈਡ ਜਦੋਂ ਜ਼ਿਆਦਾ ਹੁੰਦੇ ਆ ਤਾਂ ਉਹਦੇ ਕਰਕੇ ਹੁੰਦਾ ਹੈਗਾ ਆ। ਜਿਹੜੀ ਪੂਅਰ ਕੋਲੇਸਟ੍ਰੋਲ ਜਿਹੜੀ ਹੁੰਦੀ ਆ, LDL ਕੋਲੇਸਟ੍ਰੋਲ ਜਿਹਨੂੰ ਅਸੀਂ ਸੋ ਕਾਲਡ ਕਹਿੰਦੇ ਹਾਂ, ਉਹਦੇ ਨਾਲ ਗੁਰਦਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈਗਾ। ਫਿਰ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵੀ ਵਧਾ ਸਕਦਾ ਹੈ ਇਹਦੇ ਨਾਲ। ਹਾਰਟ ਦੇ ਕੇਸਿਸ ਵੀ ਜ਼ਿਆਦਾ ਟ੍ਰਾਈਗਲਿਸਰਾਈਡਸ ਦੇ ਨਾਲ ਹੀ ਹੁੰਦੇ ਹੈਗੇ। ਹਾਈਟ ਰਿਸਕ ਇਹਦੀਆਂ ਪੇਚੀਦਗੀਆਂ ਕੀ ਹੈ, ਇਹਦੇ ਨਾਲ ਕੰਪਲੀਕੇਸ਼ਨਾਂ ਕਿਹੜੀਆਂ ਹੁੰਦੀਆਂ ਆ? ਟ੍ਰਾਈਗਲਿਸਰਾਈਡ ਦੇ ਉਤਪਤਰਾਂ ਤੁਹਾਡੇ ਪੈਂਕਰੀਆਟਾਈਟਿਸ ਦੇ ਜੋਖਮ ਨੂੰ ਵਧਾਉਂਦੀਆਂ ਹਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ 500 ਤੋਂ ਜ਼ਿਆਦਾ ਹੋ ਜਾਂਦਾ ਤੇ ਪੈਂਕਰੀਆਟਿਸ ਦੇ ਪੈਂਕਰੀਆਟਾਈਟਿਸ ਦੇ ਜਿਹੜੇ ਚਾਂਸਸ ਹੈਗੇ ਆ ਉਹ ਵੱਧ ਜਾਂਦੇ ਹੈਗੇ ਆ। ਪੈਂਕਰੀਆਸ ਦੀ ਇਹ ਗੰਭੀਰ ਅਤੇ ਦਰਦਨਾਕ ਸੋਜਿਸ਼ ਜਾਨਲੇਵਾ ਹੋ ਸਕਦੀ ਆ ਡੈਫੀਨੇਟਲੀ। ਹਾਈ ਟ੍ਰਾਈਗਲਿਸਰਾਈਡ ਦੇ ਪੱਧਰ ਤੁਹਾਡੇ ਦਿਲ ਅਤੇ ਨਾੜੀ ਵੈਸਕੂਲਰ ਸਿਸਟਮ ਦੀ ਬਿਮਾਰੀ ਦੇ ਜੋਖਮ ਨੂੰ ਵੀ ਵਧਾਉਂਦੇ ਹਨ, ਕਿਉਂਕਿ ਇਹਦੇ ਨਾਲ ਤੁਹਾਡੇ ਜਿੰਨੇ ਵੀ ਵੈਸਕੂਲਰ ਸਿਸਟਮ ਹੈਗੇ ਆ ਉਹਨਾਂ ਦੇ ਵਿੱਚ ਪਲਾਕਸ ਜਿਹੜੀਆਂ ਆ ਉਹ ਵੀ ਬਣ ਸਕਦੀਆਂ ਹੈਗੀਆਂ ਆ, ਔਰ ਉਹਦੀ ਜਿਹੜੀ ਮੈਂਬਰੇਨ ਹੈਗੀ ਆ ਉਹ ਵੀ ਖਰਾਬ ਹੋ ਸਕਦੀ ਆ। ਕੋਰੋਟਿਡ ਆਰਟਰੀ ਦੀ ਬਿਮਾਰੀ ਜਿਹਨੂੰ ਅਸੀਂ ਹਾਰਟ ਦੀ ਬਿਮਾਰੀ ਕਹਿੰਦੇ ਹਾਂ, ਉਹ ਵੀ ਕੋਰਨਰੀ ਆਰਟਰੀ ਦੀ ਬਿਮਾਰੀ ਤੇ ਦਿਲ ਦਾ ਦੌਰਾ। ਕੈਰੋਟਿਡ ਜਿਹੜੀ ਹੈਗੀ ਆ ਉਹ ਸਾਡੇ ਬ੍ਰੇਨ ਵਾਲੀ ਜਿਹੜੀ ਹੈ ਗਰਦਨ ਦੇ ਵਿੱਚ ਹੁੰਦੀ ਕੈਰੋਟਿਡ ਆਰਟਰੀ ਉਹ ਹੁੰਦੀ ਆ, ਤੇ ਕੋਰਨਰੀ ਜਿਹੜੀ ਹੈ ਉਹ ਸਾਡੇ ਹਾਰਟ ਦੇ ਵਿੱਚ ਹੁੰਦੀ ਹੈਗੀ ਆ, ਔਰ ਉਹਦੇ ਨਾਲ ਦਿਲ ਦਾ ਦੌਰਾ ਜਿਹੜਾ ਹਾਰਟ ਅਟੈਕ ਆ ਉਹ ਵੀ ਹੋ ਸਕਦਾ ਹੈਗਾ ਆ। ਮੈਟਾਬੋਲਿਕ ਸਿੰਡਰੋਮ ਜਿਹੜਾ ਹੈਗਾ ਆ ਉਹਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਹੁੰਦਾ, ਸ਼ੂਗਰ ਹੁੰਦੀ ਆ, ਮੋਟਾਪੇ ਦਾ ਸਮੇਲ ਹੁੰਦਾ ਆ, HDL ਘੱਟ ਜਾਂਦੀ ਆ, ਤੇ ਟ੍ਰਾਈਗਲਿਸਰਾਈਡ ਉਹਦੇ ਵਿੱਚ ਜ਼ਿਆਦਾ ਹੁੰਦੇ ਆ, ਤੇ ਇਹ ਪੰਜੇ ਚੀਜ਼ਾਂ ਮੈਟਾਬੋਲਿਕ ਸਿੰਡਰੋਮ ਨੂੰ ਬਣਾਉਂਦੀਆਂ ਹੈਗੀਆਂ। ਪੈਰੀਫਰਲ ਆਰਟਰੀ ਦੀ ਬਿਮਾਰੀ ਜਿਹੜੀ ਸਾਡੀਆਂ ਲੱਤਾਂ ਦੇ ਵਿੱਚ ਜਾਂ ਬਾਹਾਂ ਦੇ ਵਿੱਚ ਜਿਹੜੀ ਆਰਟਰੀ ਦੇ ਬਲੋਕੇਜਿਸ ਹੁੰਦੇ ਆ ਜਿਹਦੇ ਨਾਲ ਸਾਨੂੰ ਸਾਡੀਆਂ ਲੱਤਾਂ ਪੈਰ ਕੱਟਣੇ ਪੈਂਦੇ ਆ ਉਹਦੀ ਵੀ ਵਿੱਚ ਵੀ ਇਹਦਾ ਰੋਲ ਹੁੰਦਾ ਹੈਗਾ। ਤੇ ਜਿਹੜੀ ਦਿਮਾਗ ਦੇ ਵਿੱਚ ਸਟਰੋਕ ਹੋ ਜਾਂਦਾ ਆ ਜਦੋਂ ਨਾੜੀ ਜਦੋਂ ਹੈਗੀ ਆ ਬਲੋਕ ਹੋ ਜਾਂਦੀ ਆ ਉਹ ਉਹਨੂੰ ਸਟਰੋਕ ਕਹਿੰਦੇ ਹੈਗੇ ਆ, ਬ੍ਰੇਨ ਸਟਰੋਕ ਕਹਿੰਦੇ ਆ, ਉਹ ਵੀ ਇਹਦੇ ਵਿੱਚ ਨਾਲ ਹੋ ਸਕਦਾ ਹੈਗਾ। ਇਹਦੇ ਕਾਰਕ ਕੀ ਆ, ਕੀ ਆ ਫੈਕਟਰਸ ਕਿਹੜੇ ਹੈਗੇ ਆ, ਰਿਸਕ ਫੈਕਟਰਸ ਕਿਹੜੇ ਹੈਗੇ ਆ? ਮੋਟਾਪੇ ਦੇ ਨਾਲ ਇਹ ਜ਼ਿਆਦਾ ਹਾਈ ਟ੍ਰਾਈਗਲਿਸਰਾਈਡਸ ਹੁੰਦੇ ਹੈਗੇ ਆ। ਜਦੋਂ ਤੁਸੀਂ ਸਡੈਂਟਰੀ ਲਾਈਫ ਸਟਾਈਲ ਜਿਹੜੀ ਬੈਠਣ ਵਾਲੀ ਹਮੇਸ਼ਾ ਜਿਹਨਾਂ ਦੇ ਜੋਬ ਜਿਹੜੀ ਬੈਠਣ ਵਾਲੀ ਹੈਗੀ ਆ, ਹਿੱਲਣ ਜੁੱਲਣ ਵਾਲੀ ਨਹੀਂ ਹੈਗੀ ਆ,
ਕਸਰਤ ਦੀ ਘਾਟ ਹੁੰਦੀ ਆ, ਇਸ ਕਰਕੇ ਵੀ ਇਹ ਟ੍ਰਾਈਗਲਿਸਰਾਈਡ ਜ਼ਿਆਦਾ ਹੋ ਜਾਂਦੇ ਹੈਗੇ ਆ। ਫਿਰ ਸਾਡੀ ਕੈਲੋਰੀਜ਼ ਨੂੰ ਬਰਨ ਕਰਨ ਨਾਲੋਂ ਅਸੀਂ ਜ਼ਿਆਦਾ ਕੈਲੋਰੀਜ਼ ਖਾਂਦੇ ਆ, ਜਿਹੜੇ ਕਿ ਸਾਡੇ ਟ੍ਰਾਈਗਲਿਸਰਾਈਡਸ ਦੇ ਨਾਲ ਹੀ ਉਹ ਸਾਡੇ ਸਟੋਰੇਜ ਹੁੰਦੀ ਹੈਗੀ ਆ ਫੈਟ ਦੀ। ਜਿਹੜੇ ਲੋਕ ਬਹੁਤ ਜ਼ਿਆਦਾ ਪ੍ਰੋਸੈਸਡ ਫੂਡ ਖਾਂਦੇ ਆ ਉਹਨਾਂ ਨੂੰ ਵੀ ਹਾਈ ਟ੍ਰਾਈਗਲਿਸਰਾਈਡਸ ਹੋ ਜਾਂਦੇ ਆ। ਸ਼ੂਗਰ ਦੀ ਟੂ ਟਾਈਪ ਦੀ ਬਿਮਾਰੀ ਜਿਹੜੀ ਹੈਗੀ ਆ, ਅਡਲਟ ਆਨਸੈਟ ਸੋ ਕਾਲਡ, ਉਹਦੇ ਵਿੱਚ ਵੀ ਹਾਈ ਟ੍ਰਾਈਗਲਿਸਰਾਈਡਸ ਹੁੰਦੇ ਆ। ਕਈ ਵਾਰੀ ਗੁਰਦੇ ਦੀ ਬਿਮਾਰੀ ਦੇ ਵਿੱਚ, ਹਾਈਪੋਥਾਇਰਾਇਡਿਜ਼ਮ ਦੇ ਵਿੱਚ ਵੀ, ਤੇ ਜਿਹੜੇ ਸਿਗਰਟ ਨੋਸ਼ੀ ਕਰਦੇ ਆ ਉਹਨਾਂ ਦੇ ਵਿੱਚ ਵੀ ਇਹ ਹਾਈ ਟ੍ਰਾਈਗਲਿਸਰਾਈਡ ਹੋ ਸਕਦੇ ਹੈਗੇ ਆ। ਜਿਹੜੇ ਬਹੁਤ ਜ਼ਿਆਦਾ ਸ਼ਰਾਬ ਦੀ ਖਪਤ ਕਰਦੇ ਆ ਉਹਨਾਂ ਦੇ ਵਿੱਚ ਵੀ, ਤੇ ਕੁਝ ਦਵਾਈਆਂ ਜਿਹੜੀਆਂ ਹੈਗੀਆਂ ਆ ਉਹ ਵੀ ਹਾਈ ਟ੍ਰਾਈਗਲਿਸਰਾਈਡਸ ਨੂੰ ਜਨਮ ਦਿੰਦੀਆਂ ਹੈਗੀਆਂ ਆ। ਤੇ ਕੁਝ ਇੱਕ ਜੈਨੇਟਿਕ ਵਿਕਾਰ ਹੈਗੇ ਆ ਜਿਹਦੇ ਕਰਕੇ ਵੀ ਸਾਡੇ ਹਾਈ ਟ੍ਰਾਈਗਲਿਸਰਾਈਡਸ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈਗਾ। ਟ੍ਰਾਈਗਲਿਸਰਾਈਡ ਦਾ ਪੱਧਰ ਕਿਹੜਾ, ਲੈਵਲਸ ਕਿਹੜੇ ਕਿਹੜੇ ਹੈਗੇ ਆ, ਜੇ ਇਹ ਬਲੱਡ ਦੇ ਵਿੱਚ 150 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਘੱਟ ਹੈਗਾ ਤੇ ਉਹਨੂੰ ਅਸੀਂ ਸਧਾਰਨ ਨੋਰਮਲ ਕਹਿੰਦੇ ਹੈਗੇ ਆ। ਬਾਰਡਰ ਲਾਈਨ ਹਾਈ ਟ੍ਰਾਈਗਲਿਸਰਾਈਡ ਉਹ ਆ ਜਦੋਂ 150 ਤੋਂ 199 ਮਿਲੀਗ੍ਰਾਮ ਪਰ ਡੈਸੀਲੀਟਰ ਦੇ ਵਿਚਕਾਰ ਹੁੰਦੇ ਆ, 200 ਤੋਂ 499 ਮਿਲੀਗ੍ਰਾਮ ਦੇ ਵਿਚਕਾਰ ਹਾਈ ਟ੍ਰਾਈਗਲਿਸਰਾਈਡਸ ਅਸੀਂ ਕਹਿੰਦੇ ਹੈਗੇ ਆ, ਤੇ ਜਦੋਂ ਬਹੁਤ ਜ਼ਿਆਦਾ ਟ੍ਰਾਈਗਲਿਸਰਾਈਡਸ 500 ਮਿਲੀਗ੍ਰਾਮ ਤੋਂ ਵੀ ਉੱਪਰ ਡੀਐਲ ਪਰ ਡੈਸੀਲੀਟਰ ਹੋ ਜਾਂਦੇ ਆ ਤੇ ਉਦੋਂ ਇਹ ਬਹੁਤ ਜ਼ਿਆਦਾ ਮਤਲਬ ਹੁੰਦੇ ਆ, ਵੈਰੀ ਹਾਈ ਉਹਨੂੰ ਅਸੀਂ ਕਹਿੰਦੇ ਆ। ਔਰ ਉਸ ਵੇਲੇ ਫਿਰ ਇਹਦੀਆਂ ਕੰਪਲੀਕੇਸ਼ਨਾਂ ਜਿਹੜੀਆਂ ਹੈਗੀਆਂ, ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਆ ਕਿ ਪੈਂਕਰੀਆਟਾਈਟਿਸ ਦੇ ਚਾਂਸਸ ਜਿਹੜੇ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਹੈ। ਟ੍ਰਾਈਗਲਿਸਰਾਈਡਸ ਤੇ ਕੋਲੇਸਟ੍ਰੋਲ ਦੇ ਕੰਮ ਕੀ ਹੈਗੇ? ਟ੍ਰਾਈਗਲਿਸਰਾਈਡਸ ਤੇ ਕੋਲੇਸਟ੍ਰੋਲ ਤੁਹਾਡੇ ਖੂਨ ਵਿੱਚ ਚਰਬੀ ਜਾਂ ਲਿਪਿਡ ਦੋਵੇਂ ਹਨ, ਇਹਦੇ ਵਿੱਚ ਚਰਬੀ ਦੀਆਂ ਦੋਨੇ ਚੀਜ਼ਾਂ ਹੈਗੀਆਂ ਆ। ਟ੍ਰਾਈਗਲਿਸਰਾਈਡ ਸਾਡੇ ਫੈਟ ਸੈੱਲਾਂ ਦੇ ਅੰਦਰ ਕੈਲੋਰੀ ਸਟੋਰ ਕਰਦੇ ਹਨ। ਜਿਹੜੀ ਸਾਡੀ ਫੈਟ ਹੈਗੀ ਆ, ਚਾਹੇ ਉਹ ਵਿਸਰਲ ਫੈਟ ਆ ਚਾਹੇ ਉਹ ਸਾਡੀ ਸਬਕਟੇਨੀਅਸ ਫੈਟ ਆ, ਉਹਦੇ ਵਿੱਚ ਜਿਹੜੀਆਂ ਕੈਲੋਰੀਜ਼ ਹੁੰਦੀਆਂ ਆ ਉਹ ਟ੍ਰਾਈਗਲਿਸਰਾਈਡਸ ਕਰਕੇ ਹੁੰਦੀਆਂ ਹੈਗੀਆਂ, ਔਰ ਬਾਅਦ ਦੇ ਵਿੱਚ ਊਰਜਾ ਲਈ ਵੀ ਇਹ ਵਰਤੇ ਜਾਂਦੇ। ਦੂਜੇ ਪਾਸੇ ਕੋਲੇਸਟ੍ਰੋਲ ਨੂੰ ਸੈੱਲ ਦੀ ਮੈਂਬਰੇਨ ਬਣਾਉਣ ਦੇ ਵਿੱਚ, ਸੈੱਲ ਨੂੰ ਬਣਾਉਣ ਦੇ ਵਿੱਚ, ਤੇ ਕੁਝ ਹਾਰਮੋਨ ਤੇ ਵਿਟਾਮਿਨ ਡੀ ਬਣਾਉਣ ਦੇ ਵਿੱਚ ਇਹ ਲੋੜੀਂਦੀ ਹੁੰਦੀ ਹੈ ਕੋਲੇਸਟ੍ਰੋਲ। ਤੇ HDL ਕੋਲੇਸਟ੍ਰੋਲ ਕੀ ਹੁੰਦੀ ਹੈਗੀ ਆ? HDL ਦਾ ਮਤਲਬ ਹਾਈ ਡੈਂਸਿਟੀ ਲਿਪੋ ਪ੍ਰੋਟੀਨਸ ਹੈਗੀ ਆ। ਕੋਲੇਸਟ੍ਰੋਲ ਤਾਂ ਉਹ ਹੀ ਹੁੰਦੀ ਆ ਜਿਹੜੀ ਕੋਲੇਸਟ੍ਰੋਲ ਹੈਗੀ ਆ, ਇਹ HDL ਜਿਹੜੀ ਹੈਗੀ ਆ ਇਹ ਇੱਕ ਤਰ੍ਹਾਂ ਦੀ ਪ੍ਰੋਟੀਨ ਹੁੰਦੀ ਆ ਜਿਹੜੀ ਕਿ ਕੋਲੇਸਟ੍ਰੋਲ ਦੇ ਨਾਲ ਮਿਲ ਕੇ ਇਹਨੂੰ ਬਲੱਡ ਦੇ ਵਿੱਚ ਟਰਾਂਸਪੋਰਟ ਕਰਨ ਦੇ ਲਈ ਵਰਤੀ ਜਾਂਦੀ ਹੈਗੀ ਆ। ਇਹਨੂੰ ਜਦੋਂ HDL ਦੇ ਨਾਲ ਕੋਲੇਸਟ੍ਰੋਲ ਲੱਗ ਜਾਂਦੀ ਆ ਤੇ ਇਹਨੂੰ ਅਖੌਤੀ ਚੰਗੀ ਗੁੱਡ ਕੋਲੇਸਟ੍ਰੋਲ ਕਹਿੰਦੇ ਹੈਗੇ ਆ। ਇਹ ਕੋਲੇਸਟ੍ਰੋਲ ਨੂੰ ਜਿਗਰ ਵਿੱਚ ਵਾਪਸ ਲਿਆਉਣ ਤੇ ਤੁਹਾਡੀਆਂ ਧਮਨੀਆਂ ਵਿੱਚ ਪਲੈਕ ਨੂੰ ਰੋਕਣ ਵਿੱਚ ਮਦਦ ਕਰਦਾ ਹੈਗਾ ਆ। ਇਹ ਕੋਲੇਸਟ੍ਰੋਲ ਜਿਹੜੀ ਹੈਗੀ ਆ ਜਿਗਰ ਵਿੱਚ ਵਾਪਸ, ਜਿੱਥੇ ਵੀ ਸਾਡੀ ਜਿਹੜੀ ਕੋਲੇਸਟ੍ਰੋਲ ਹੁੰਦੀ ਆ HDL ਜਿਹੜੀ ਹੈਗੀ ਆ ਉਹ ਇਹਨੂੰ ਵਾਪਸ ਲਿਆਉਂਦੀ ਹੈਗੀ ਆ ਰੀਯੂਜ਼ ਕਰਨ ਦੇ ਲਈ ਲਿਵਰ ਦੇ ਵਿੱਚ। ਤੁਹਾਡੇ ਜੋਖਮ ਨੂੰ ਘਟਾਉਣ ਲਈ HDL ਕੋਲੇਸਟ੍ਰੋਲ ਮਹੱਤਵਪੂਰਨ ਹੈ, ਕਿਉਂਕਿ ਜਿਹੜੀ ਬਾਹਰ ਨੈਚੁਰਲ ਪੈਰੀਫਰੀ ਤੇ ਕੋਲੇਸਟ੍ਰੋਲ ਪਈ ਆ ਉਹਦੀ ਪਲਾਕ ਦੇ ਵਿੱਚ ਜਾਂ ਕਿਤੇ ਵੀ ਉਹ ਜਾਣੀ ਨੁਕਸਾਨ ਦੇ ਸਕਦੀ ਹੈ, ਉਹਨੂੰ ਵਾਪਸ ਲਿਵਰ ਦੇ ਵਿੱਚ ਰੀਯੂਜ਼ ਕਰਨ ਦੇ ਲਈ ਲਿਆਉਣਾ ਇੱਕ ਬਹੁਤ ਮਹੱਤਵਪੂਰਨ ਹੈਗਾ ਆ। ਜਿਹੜੇ ਖੂਨ ਦੇ ਗਤਲੇ ਕਲੌਟਸ ਹੈਗੇ ਆ ਉਹਨਾਂ ਤੋਂ ਇਹ ਬਚਾਉਂਦੀ ਹੈਗੀ ਆ, ਤੇ ਦਿਲ ਦੀ ਬਿਮਾਰੀ ਤੋਂ ਬਚਾਉਂਦੀ ਹੈਗੀ ਆ, ਦਿਲ ਦਾ ਦੌਰਾ ਜਿਹੜਾ ਅਟੈਕ ਹੈ ਉਹਦੇ ਤੋਂ ਬਚਾਉਂਦੀ ਆ, ਤੇ ਸਟ੍ਰੋਕ ਤੋਂ ਵੀ ਬਚਾਉਂਦੀ ਹੈਗੀ ਆ। ਇਹਨਾਂ ਦੇ ਰਿਸਕ ਜਿਹੜੇ ਆ ਉਹ ਘਟਾ ਦਿੰਦੀ ਹੈਗੀ ਆ। ਇਹਦੀ ਬਨਿਸਬਤ LDL ਜਿਹੜੀ ਲੋ ਡੈਂਸਿਟੀ ਲਿਪੋ ਪ੍ਰੋਟੀਨ ਹੈਗੀ ਆ ਇਹ ਕੋਲੇਸਟ੍ਰੋਲ ਨੂੰ, ਇਹਨੂੰ ਅਸੀਂ ਸੋ ਕਾਲਡ ਬੈਡ ਕੋਲੇਸਟ੍ਰੋਲ ਕਹਿੰਦੇ ਹੈਗੇ ਆ, ਤੇ LDL ਕੋਲੇਸਟ੍ਰੋਲ ਦੇ ਨਾਲ ਨਾਲ ਚਰਬੀ ਘੁਲਣਸ਼ੀਲ ਪੌਸ਼ਟਿਕ ਤੱਤ ਜਿਵੇਂ ਇਹਦੇ ਨਾਲ ਵਿਟਾਮਿਨ ਏ ਆ, ਡੀ ਆ, ਈ ਆ ਤੇ K2 ਆ ਨੂੰ ਤੁਹਾਡੀਆਂ ਧਮਣੀਆਂ ਤੱਕ ਪਹੁੰਚਾਉਂਦਾ ਹੈ। ਉਹ ਬਾਹਰਲੇ ਧਮਣੀਆਂ ਤੋਂ ਜਿਗਰ ਵੱਲ ਨੂੰ ਲਿਜਾਂਦੀ ਹੈ HDL। ਇਹ ਮਤਲਬ ਬਾਡੀ ਦੇ ਸੈਂਟਰ ਚੋਂ ਧਮਣੀਆਂ ਵੱਲ ਨੂੰ ਜਿਹੜੇ ਏ ਡੀ ਈ ਤੇ ਕੇ ਹੈਗੇ ਆ ਵਿਟਾਮਿਨਸ ਹੈਗੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਜਾਂਦੀ।
ਕੁਝ ਕਿਸਮਾਂ ਦੇ ਐਲਡੀਐਲ ਕੋਲੇਸਟ੍ਰੋਲ ਧਮਣੀ ਦੀਆਂ ਕੰਧਾਂ ਵਿੱਚ ਆਕਸੀਕਰਨ ਦਾ ਸ਼ਿਕਾਰ ਹੁੰਦੇ। ਜਿਹੜੀ ਪਲੈਕ ਬਣ ਜਾਂਦੀ ਆ ਉਹ ਐਲਡੀਐਲ ਦੇ ਕਰਕੇ ਬਣਦੀ ਹੈਗੀ ਆ, ਔਰ ਉਹਦੀ ਜਦੋਂ ਆਕਸੀਡੇਸ਼ਨ ਹੋ ਜਾਂਦੀ ਆ ਤਾਂ ਉਹ ਪਲੈਕ ਜਿਹੜੀ ਹੈਗੀ ਆ ਰਪਚਰ ਕਰ ਜਾਂਦੀ ਆ ਜਾਂ ਉਹ ਜ਼ਿਆਦਾ ਬਲੋਕੇਜ ਦੇ ਦਿੰਦੀ ਹੈਗੀ ਆ। ਆਕਸੀਡਾਈਜ਼ਡ ਕੋਲੇਸਟ੍ਰੋਲ ਖੂਨ ਦੇ ਪ੍ਰਵਾਹ ਨੂੰ ਸੀਮਿਤ ਕਰਦਾ ਹੈ, ਕਿਉਂਕਿ ਜਦੋਂ ਆਕਸੀਡਾਈਜ਼ਡ ਹੋ ਜਾਂਦੀ ਆ ਫਿਰ ਇਨਫਲੇਮੇਸ਼ਨ ਹੋ ਜਾਂਦੀ ਆ, ਔਰ ਇਨਫਲੇਮੇਸ਼ਨ ਦੇ ਨਾਲ ਉਹਦੇ ਵਿੱਚ ਪਲਾਕ ਜਿਹੜੀ ਹੈਗੀ ਆ ਉਹ ਬਲੋਕੇਜਸ ਕਰ ਦਿੰਦੀ ਆ ਤੇ ਖੂਨ ਦੇ ਗਤਲੇ ਬਣ ਸਕਦੇ ਆ, ਉਹਦੇ ਨਾਲ ਕਲੋਟਸ ਬਣ ਸਕਦੀਆਂ ਹੈਗੀਆਂ ਜੋ ਦਿਮਾਗ ਜਾਂ ਦਿਲ ਵਿੱਚ ਖੂਨ ਦੇ ਪ੍ਰਵਾਹ ਨੂੰ ਰੋਕਦਾ ਹੈ ਤੇ ਸਟ੍ਰੋਕ ਜਾਂ ਦਿਲ ਦੇ ਦੌਰੇ ਦਾ ਖਤਰਾ ਬਣ ਸਕਦਾ ਹੈ। ਇਸੇ ਕਰਕੇ ਇਹਨੂੰ ਬੈਡ ਕੋਲੇਸਟ੍ਰੋਲ ਕਹਿੰਦੇ ਹੈਗੇ। ਖੂਨ ਦੀ ਜਾਂਚ ਲਈ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਆ ਉਹ HbA1c ਹੈ, ਜਿਹੜੀ ਕਿ ਆਦਰਸ਼ ਸੰਖਿਆ ਇਹਦੀ 4 ਤੇ 5.2% ਦੇ ਵਿਚਕਾਰ ਹੈ। ਜੇ 5.2 ਤੱਕ ਹੈਗੀ ਆ ਤਾਂ ਇਹ ਤੁਹਾਡੀ ਨੋਰਮਲ ਹੈਗੀ, ਆਦਰਸ਼ ਹੈਗੀ ਆ, ਆਪਟੀਮਲ ਹੈਗੀ ਆ। 5.3 ਤੋਂ 5.6 ਤੱਕ ਔਸਤਨ ਉੱਚ ਹੈ। 5.7 ਤੇ 6.4 ਦੇ ਵਿਚਕਾਰ ਦਾ ਮਤਲਬ ਹੈ ਕਿ ਤੁਹਾਨੂੰ ਪ੍ਰੀ ਡਾਇਬਟੀਜ਼ ਹੈ ਤੇ ਡਾਇਬਟੀਜ਼ ਹੋਣ ਦਾ ਉੱਚ ਜੋਖਮ ਹੈ, ਅਤੇ 6.4 ਤੋਂ ਵੱਧ ਦਾ ਮਤਲਬ ਹੈ ਕਿ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਚੁੱਕੀ ਹੈਗੀ ਆ। ਫਾਸਟਿੰਗ ਗਲੂਕੋਜ਼ ਜਿਹੜਾ ਹੈਗਾ ਆ ਉਹਦਾ ਅਨੁਕੂਲ ਪੱਧਰ ਹੈਗਾ 90 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਘੱਟ। 100 ਮਿਲੀਗ੍ਰਾਮ ਪਰ ਡੈਸੀਲੀਟਰ ਜਿਹੜਾ ਕਿ 5.6 ਮਿਲੀਮੋਲ ਹੈਗਾ ਪਰ ਲੀਟਰ ਤੋਂ ਘੱਟ ਨੂੰ ਆਮ ਮੰਨਿਆ ਜਾਂਦਾ ਹੈਗਾ। 100 ਤੋਂ 125 ਮਿਲੀਗ੍ਰਾਮ ਪਰ ਡੈਸੀਲੀਟਰ ਜਿਹੜੀ 5.6 ਤੋਂ 6.9 ਮਿਲੀਮੋਲ ਹੈਗਾ ਆ ਉਹਨੂੰ ਪ੍ਰੀ ਡਾਇਬਟੀਜ਼ ਮੰਨਿਆ ਜਾਂਦਾ ਹੈਗਾ। ਦੋ ਵੱਖ ਵੱਖ ਟੈਸਟਾਂ ਤੇ 126 ਮਿਲੀਗ੍ਰਾਮ ਪਰ ਡੈਸੀਲੀਟਰ ਜਾਂ ਕਿ 7 ਮਿਲੀਮੋਲ ਪਰ ਲੀਟਰ ਜਾਂ ਵੱਧ ਦਾ ਮਤਲਬ ਹੈ ਕਿ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਚੁੱਕੀ ਹੈਗੀ ਆ। ਫਾਸਟਿੰਗ ਇਨਸੁਲਿਨ ਦਾ ਜੇ ਅਸੀਂ ਗੱਲ ਕਰੀਏ ਤਾਂ ਸਰਵੋਤਮ ਵਰਤ ਰੱਖਣ ਵਾਲੇ ਇਨਸੁਲਿਨ ਫਾਸਟਿੰਗ ਇਨਸੁਲਿਨ ਦੇ ਪੱਧਰ 2 ਤੋਂ 5 ਇੰਟਰਨੈਸ਼ਨਲ ਯੂਨਿਟ ਪਰ ਮਿਲੀਲੀਟਰ ਦੇ ਵਿਚਕਾਰ ਹਨ। 6 ਤੋਂ 9 ਇੰਟਰਨੈਸ਼ਨਲ ਯੂਨਿਟ ਪਰ ਮਿਲੀਲੀਟਰ ਦੇ ਵਿਚਕਾਰ ਸ਼ੁਰੂਆਤੀ ਇਨਸੁਲਿਨ ਪ੍ਰਤੀਰੋਧ ਹੈ, ਇਨਸੁਲਿਨ ਰੈਜ਼ਿਸਟੈਂਸ ਦਾ ਕੰਮ ਸ਼ੁਰੂ ਹੋ ਗਿਆ ਆ ਇਸ ਵੇਲੇ। ਫਿਰ 10 ਇੰਟਰਨੈਸ਼ਨਲ ਯੂਨਿਟ ਪਰ ਐਮਐਲ ਤੋਂ ਵੱਧ ਕੋਈ ਵੀ ਚੀਜ਼ ਇਨਸੁਲਿਨ ਪ੍ਰਤੀਰੋਧ ਹੈ, ਉਦੋਂ ਫਿਰ ਅਸੀਂ ਸਮਝਦੇ ਹਾਂ ਕਿ ਜੇ 10 ਤੋਂ ਜ਼ਿਆਦਾ ਹੈ ਤਾਂ ਇਨਸੁਲਿਨ ਰਿਜ਼ਿਸਟੈਂਸ ਹੋ ਗਈ ਹੈਗੀ ਆ। ਇਸ ਨੂੰ ਲੈਬ ਤੋਂ ਉਦੋਂ ਤੱਕ ਫਲੈਗ ਨਹੀਂ ਕੀਤਾ ਜਾਵੇਗਾ ਜਦੋਂ ਤੱਕ 24.9 ਇੰਟਰਨੈਸ਼ਨਲ ਯੂਨਿਟ ਪਰ ਮਿਲੀਲੀਟਰ ਤੋਂ ਵੱਧ ਨਹੀਂ ਹੁੰਦਾ, ਕਿਉਂਕਿ ਫਿਰ ਉਹ 25 ਤੇ ਕਰ ਜਾ ਕੇ ਫਿਰ ਫਲੈਗ ਕਰਦੇ ਹੈਗੇ ਆ, ਜੋ ਕਿ ਗੰਭੀਰ ਇਨਸੁਲਿਨ ਪ੍ਰਤੀਰੋਧ ਦੀ ਸਥਿਤੀ ਹੈ, ਉਹ ਫਿਰ ਗੰਭੀਰ ਬਣ ਜਾਂਦੀ ਹੈਗੀ ਆ। ਹੁਣ ਜਦੋਂ ਅਸੀਂ ਆਪਣੇ ਦਾਅਵੇਦਾਰਾਂ ਨੂੰ ਮਿਲ ਚੁੱਕੇ ਹਾਂ, ਆਓ ਚਰਚਾ ਕਰੀਏ ਕਿ ਸੰਤੁਲਨ ਕਿਵੇਂ ਕਾਇਮ ਰੱਖਣਾ ਕਰਨਾ ਹੈ। ਖੁਰਾਕ ਦੇ ਮਾਮਲੇ 'ਚ ਟ੍ਰਾਈਗਲਿਸਰਾਈਡਸ ਤੇ ਕੋਲੇਸਟ੍ਰੋਲ ਦੇ ਪੱਧਰ ਦੋਵੇਂ ਖੁਰਾਕ ਵਿਕਲਪਾਂ ਦੁਆਰਾ ਪ੍ਰਭਾਵਿਤ ਹੁੰਦੇ ਹਨ। ਸੰਤ੍ਰਿਪਤ ਚਰਬੀ, ਟ੍ਰਾਂਸਫੈਟ ਤੇ ਰਿਫਾਈਂਡ ਸ਼ੱਕਰ ਨੂੰ ਘਟਾਉਣਾ ਦੋਵਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦਾ ਹੈ। ਸਰੀਰਕ ਗਤੀਵਿਧੀ ਜਿਹੜੀ ਕਿ ਮਤਲਬ ਹੈਗੀ ਆ ਐਕਸਰਸਾਈਜ਼ ਹੈਗੀ ਆ, ਨਿਯਮਤ ਕਸਰਤ ਕੋਲੇਸਟ੍ਰੋਲ ਪ੍ਰੋਫਾਈਲਾਂ ਅਤੇ ਘੱਟ ਟ੍ਰਾਈਗਲਿਸਰਾਈਡ ਨੂੰ ਸੁਧਾਰ ਕਰ ਸਕਦੀ ਹੈਗੀ ਆ। ਦਵਾਈ ਜਿਹੜੀ ਹੈਗੀ ਆ ਕੁਝ ਮਾਮਲਿਆਂ ਵਿੱਚ ਉੱਚ ਕੋਲੇਸਟ੍ਰੋਲ ਜਾਂ ਟ੍ਰਾਈਗਲਿਸਰਾਈਡ ਦੇ ਪ੍ਰਬੰਧਨ ਲਈ ਦਵਾਈ ਦੀ ਲੋੜ ਹੋ ਸਕਦੀ ਹੈ। ਉਹਨਾਂ ਕੇਸਿਸ ਦੇ ਵਿੱਚ ਜਿੱਥੇ 500 ਤੋਂ ਜ਼ਿਆਦਾ ਵੀ ਕੋਲੇਸਟ੍ਰੋਲ ਵੱਧ ਗਈ ਹੈਗੀ ਆ, ਟ੍ਰਾਈਗਲਿਸਰਾਈਡ ਵੱਧ ਗਏ ਹੈਗੇ ਆ, ਤਾਂ ਉਸ ਵੇਲੇ ਅਸੀਂ ਦਵਾਈ ਦਾ ਇਸਤੇਮਾਲ ਕਰ ਸਕਦੇ ਹੈਗੇ। ਜੀਵਨ ਸ਼ੈਲੀ ਦੇ ਕਾਰਕ ਜਿਹੜੇ ਹੈਗੇ ਆ ਫੈਕਟਰਸ, ਸਿਗਰਟ ਨੋਸ਼ੀ ਹੈਗੇ ਆ ਤਾਂ ਬਹੁਤ ਜ਼ਿਆਦਾ ਸ਼ਰਾਬ ਪੀਣ ਵਰਗੇ ਕਾਰਕ ਜਿਹੜੇ ਹੈ ਦੋਵਾਂ ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹੈ। ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖ ਲਈਏ ਤਾਂ ਅਸੀਂ ਆਪਣੀ ਟ੍ਰਾਈਗਲਿਸਰਾਈਡ ਨੂੰ ਵੀ ਨੋਰਮਲ ਰੱਖ ਸਕਦੇ ਹਾਂ ਤੇ ਕੋਲੇਸਟ੍ਰੋਲ ਨੂੰ ਵੀ ਨੋਰਮਲ ਰੱਖ ਸਕਦੇ ਹਾਂ। ਔਰ ਅਗਰ ਅਸੀਂ ਇਹਨਾਂ ਲਾਈਫ ਸਟਾਈਲ ਦੇ ਫੈਕਟਰਸ ਨੂੰ ਤਰਜੀਹ ਨਹੀਂ ਦਿੰਦੇ ਤਾਂ ਫਿਰ ਇਹ ਦੋਨੇ ਚੀਜ਼ਾਂ ਸਾਡੇ ਸਰੀਰ ਲਈ ਮਾੜੇ ਪ੍ਰਭਾਵ ਪਾ ਸਕਦੀਆਂ ਹੈ। ਇਸ ਤੋਂ ਇਲਾਵਾ ਥੈਂਕ ਯੂ ਵੈਰੀ ਮੱਚ ਫਾਰ ਪੇਸ਼ੈਂਟ ਹੀਅਰਿੰਗ। ਥੈਂਕਸ।